ਵੈਸੇ ਤੁਹਾਡੇ ਸਾਰਿਆਂ ਤੇ ਕਿਰਪਾ ਪਰ ਚੱਲਣਾ ਕੱਚੀ ਕਲਾਸ ਤੋਂ ਪੈਂਦਾ ਹੈ। ਇਹ ਨਾਮ ਜਪਣ ਦੀਆਂ ਅਵਸਥਾ ਚੋਂ ਪਹਿਲੀ ਅਵਸਥਾ ਲੌਂਗ ਜਾਪ ਬੈਖਰੀ ਬੱਬੇ ਤੇ ਦੋ ਦਲਾਵਾਂ ਅੱਧੇ ਆੜੇ ਦੀ ਆਵਾਜ਼ ਆਏਗੀ ਬੈਖਰੀ ਅੱਧਾ ਆੜਾ ਬੈਖਰੀ। ਮੈਂ ਥੋੜ੍ਹਾ ਜਿਹਾ ਮਹਾਂਪੁਰਸ਼ਾਂ ਨੂੰ ਪੁੱਛਿਆ, ਮੈਂ ਕਿਹਾ ਬੈਖਰੀ ਕਿਉਂ ਕਹਿੰਦੇ ਪਹਿਲੇ ਜਾਪ ਨੂੰ? ਇਹਦੇ 'ਚ ਆਵਾਜ਼ ਆਉਂਦੀ ਹੈ, ਬੁੱਲ ਵੀ ਹਿਲਦੇ, ਜਵਾਨ ਵੀ ਹਿਲਦੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਬੈਖਰੀ ਜਾਪ ਲੌਂਗ ਜਾਪ ਬੈਖਰੀ। ਆਵਾਜ਼ ਵੀ ਆਉਣੀ, ਬੁੱਲ ਵੀ ਹਿਲਣੇ, ਜਵਾਨ ਵੀ ਹਿਲਣੀ, ਆਵਾਜ਼ ਵੀ ਆਉਣੀ, ਇਹਨੂੰ ਬੈਖਰੀ ਜਾਪ। ਮੈਂ ਕੁਝ ਮਹਾਂਪੁਰਸ਼ਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹਨੂੰ ਬੈਖਰੀ ਕਿਉਂ ਨਾਂ ਦਿੱਤਾ? ਬਹੁਤ ਸਾਰੀਆਂ ਕਿਤਾਬਾਂ 'ਚ ਉਹ ਕਹਿਣ ਲੱਗੇ ਵੀ ਜਦੋਂ ਅਸੀਂ ਬੋਲਦੇ ਹਾਂ ਤਾਂ ਆਵਾਜ਼ ਬਾਹਰ ਜਾਂਦੀ ਤੇ ਬਿਖਰ ਜਾਂਦਾ, ਤਪ ਸਤਨਾਮ ਇਹ ਬਿਖਰ ਗਿਆ, ਆਵਾਜ਼ ਬਿਖਰ ਗਿਆ, ਇਹਨੂੰ ਫਿਰ ਬੈਖਰੀ ਜਾਪ ਆਖਿਆ। ਆਵਾਜ਼ ਬਾਹਰ ਆਈ ਖਿਲਰ ਗਿਆ, ਬਿਖਰ ਗਿਆ ਬੈਖਰੀ। ਔਰ ਕੋਈ ਤੁਹਾਡੇ ਚੋਂ ਅਜੇ ਬੈਖਰੀ ਜਾਪ ਤੇ ਹੋਵੇ ਲੌਂਗ ਜਾਪ, ਬੁੱਲ ਵੀ ਹਿਲ ਰਹੇ, ਰਸਨਾ ਵੀ ਹਿਲ ਰਹੀ, ਆਵਾਜ਼ ਵੀ ਆ ਰਹੀ ਹੈ ਤੇ ਲੱਗੇ ਰਹੇ, ਸਾਡੇ ਰੱਬ ਦਾ ਵੀ ਸੋਫਟਵੇਅਰ ਹੈ ਉਹ ਵੀ ਕੰਪਿਊਟਰ ਸਿਸਟਮ ਹੈ, ਤੁਸੀਂ ਲੱਗੇ ਰਹੋ, ਅਗਲੀ ਅਵਸਥਾ ਆਪਣੇ ਆਪ ਦੇ ਦਿੰਦੇ, ਕਿਰਪਾ ਕਰ ਦਿੰਦੇ। ਇਹ ਜਿਹੜੇ ਤੁਹਾਡੇ ਚੋਂ ਬੈਖਰੀ ਜਾਪ ਲੌਂਗ ਜਾਪ ਵੀ ਕਹਿੰਦੇ ਕਈ ਜਗ੍ਹਾ, ਬੈਖਰੀ ਜਾਪ ਪਹਿਲੀ ਅਵਸਥਾ ਤੇ ਹੋਣ, ਭਾਈ ਵੀਰ ਸਿੰਘ ਜੀ ਨੇ ਉਹਨਾਂ ਦੀ ਬੈਟਰੀ ਚਾਰਜ ਕਰਨ ਲਈ ਆ ਇੱਕ ਵਚਨ ਉਹਨਾਂ ਦਾ, ਉਹ ਮੈਂ ਹੈਰਾਨ ਹੋ ਗਿਆ ਪੜ੍ਹ ਕੇ।
ਵਾਰੀ ਜਾਪ ਬਾਰੇ ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੀ ਸਭ ਕੁਝ ਹੈ। ਆਪੋ ਸੱਸ ਤੁਹਾਨੂੰ ਸੱਸ ਮਹਿਣਾ ਮਾਰ ਦੇਵੇ, ਕੋਈ ਦਰਾਣੀ ਜਠਾਣੀ ਗੁਆਂਢੀ ਸਹੇਲੀਆਂ ਮਹਿਣਾ ਮਾਰ ਦੇਣ, ਇਹੋ ਜੇ ਕਮਾਈ ਵਾਲਿਆਂ ਦੇ ਬਚਨ ਤੁਹਾਡੀ ਬੈਟਰੀ ਚਾਰਜ ਰੱਖਦੇ ਨੇ। ਉਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੀ ਸਭ ਕੁਝ ਹੈ, ਬਸ ਨਾਮ ਜਪਣ ਵਿੱਚ ਲੱਗੇ ਰਹੋ, ਇਹਨੂੰ ਛੱਡਿਓ ਨਾ, ਸੁੱਖ ਆਪੇ ਹੀ ਆ ਜਾਣੇ। ਆਖੋ ਸਾਨੂੰ ਰਘਵੀਰ ਸਿੰਘ ਵੀਰ, ਉਹਨਾਂ ਦੀ ਕਿਤਾਬ ਹੈ ਬੰਦਗੀ ਨਾਮਾ। ਇਹ ਜਿਹੜਾ ਸਿਮਰਨ ਦੀ ਪਹਿਲੀ ਵਸਥਾ ਹੈ ਬੈਕਰੀ ਜਾਪ, ਬੰਦਗੀ ਨਾਮਾ ਕਿਤਾਬ ਰਘਵੀਰ ਸਿੰਘ ਵੀਰ ਉਹ ਵੀ ਲਿਖਦੇ ਹੈ, ਕਹਿੰਦੇ ਸ਼ੁਰੂ ਵਿੱਚ ਨਾਮ ਦੀ ਅਵਸਥਾ ਜਿਹੜੀ ਹੈ ਨਾ ਸਟਾਰਟਿੰਗ ਵਾਲੀਆਂ, ਇਹ ਥੋੜੀਆਂ ਕਠਿਨ ਤੇ ਘਬਰਾਹਟ ਵਾਲੀਆਂ, ਕਈ ਵਾਰ ਦਿਲ ਕਾਹਲਾ ਪੈਂਦਾ। ਸ਼ੁਰੂ ਸ਼ੁਰੂ ਦੀਆਂ ਜਿਹੜੀਆਂ ਅਵਸਥਾ ਨੇ ਨਾਮ ਦੀਆਂ ਕਠਿਨ ਤੇ ਘਬਰਾਹਟ ਵਾਲੀਆਂ, ਪਰ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਪਰ ਲੱਗੇ ਰਹੋ, ਉਹ ਲਿਖਦੇ ਪਰ ਲੱਗੇ ਰਹੋ ਹੀਰੇ, ਹੀਰੇ ਜਿਹੜੇ ਨੇ ਪਹਾੜਾਂ ਦੀਆਂ ਚਟਾਨਾਂ ਦੇ ਅੰਦਰ ਹੁੰਦੇ, ਉਹਨੂੰ ਕੱਢਣ ਲੱਗਿਆਂ ਥੋੜੀ ਮਿਹਨਤ ਲੱਗਦੀ। ਦੂਜਾ ਉਹਨਾਂ ਨੇ ਲਿਖਿਆ ਮੋਤੀ ਜਿਹੜੇ ਨੇ ਉਹ ਸਮੁੰਦਰ ਦੀ ਤਹਿ ਵਿੱਚ ਨੇ, ਮੋਤੀ ਉੱਤੇ ਨਹੀਂ ਸਿੱਪੀਆਂ ਸੁੱਪੀਆਂ ਉੱਤੇ ਤਰਦੀਆਂ, ਮੋਤੀ ਸਮੁੰਦਰ ਦੀ ਤਹਿ 'ਚ ਹੁੰਦੇ ਥੱਲੇ, ਹੀਰੇ ਜਿਹੜੇ ਨੇ ਪਹਾੜਾਂ ਦੀਆਂ ਚਟਾਨਾਂ 'ਚ ਹੁੰਦੇ ਨੇ। ਲੱਗੇ ਰਹੋ ਬੈਖਰੀ ਜਾਪ 'ਚ ਉਹਦੇ ਤਾਂ ਵੀ ਲੱਗੇ ਰਹੋ, ਇੱਕ ਦਿਨ ਇਹਨਾਂ ਹੀਰਿਆਂ ਤੇ ਮੋਤੀਆਂ ਤੱਕ ਪਹੁੰਚ ਹੀ ਜਾਓ। ਆਖੋ ਸਤਨਾਮ। ਇਹ ਪਹਿਲੀ ਅਵਸਥਾ ਸਿਮਰਨ ਦੀ ਬੈਖਰੀ ਜਾਪ।